ਸਤ ਸ੍ਰੀ ਅਕਾਲ ਜੀ ਤਮਾਮ ਸ਼੍ਰੀਨ ਭਰਾ ਕੀ ਹਾਲ ਨੇ ਸਭ ਭਰਾ ਠੀਕ ਠਾਕ ਨੇ ਜਿਵੇਂ ਕਿ ਸਾਰੇ ਭਰਾ ਨੂੰ ਪਤਾ ਹੈ ਯਾਰ ਕੱਲ ਮੈਂ ਬਾਅਦ ਦਿੱਤੀ ਆਪਣਾ ਬਲੈਕਸਟ੍ਰੀਨ ਘੋੜੇ ਵਾਲਿਆਂ ਨੂੰ ਕਿਈ ਤੁਹਾਡਾ ਸ਼ੋਅ ਕਰਨਾ ਚਾਹੁੰਦੇ ਆ ਦੋਸਤਾਂ ਦਾ ਤਾਂ ਅੱਜ ਛੋਟਾ ਭਰਾ ਆਇਆ ਵੇ ਨੈਟ ਤੇ ਵੈਲਕਮ ਹੋ ਗਿਆ ਛੋਟੇ ਭਾਈ ਜੀ ਯਾਰ ਤੋਂ ਮੈਂ ਟਾਈਮ ਦਿੱਤਾ ਸੀ ਹਿਆਲਕੋਟ ਚੋੜੀ ਅੰਮ੍ਰਿਤ ਦੇ ਤੁਸੀਂ ਆ ਜਾਈਓ ਚਲੋ ਕੋਈ ਗੱਲ ਨਹੀਂ ਤੁਸੀਂ ਨਹੀਂ ਆਏ ਸਿਆਲਕੋਟ ਇਨਸ਼ਾਅੱਲਾ ਇਹ ਤੋੜ ਵਾਲੇ ਦਿਨ ਵਕੀਲਾਇੰਡੇ ਤੇ ਬੈਗ ਧੋੜ ਲੱਗ ਜੇਗੀ ਤੁਹਾਡੇ ਨਾਲ ਰਾਤੀ 9 ਵਜੇ ਨਾਲ ਮੈਂ ਰੋਸਤ ਆ ਮਿੱਠੂ ਧੋੜ ਲਾ ਲਾਂਗੇ ਤੁਹਾਡੇ ਨਾਲ ਠੀਕ ਹੈ ਇਤਵਾਰ ਵਾਲੇ ਦਿਨ ਰਾਤੀ 9 ਵਜੇ ਵਕੀਲਾਇੰਡੇ ਤੇ ਪਹੁੰਚ ਜਾਈਓ ਇਨਸ਼ਾਅੱਲਾ ਧੋੜ ਲੱਗ ਜੇਗੀ ਤੁਹਾਡੇ ਨਾਲ ਦੂਜੀ ਗੱਲ ਹੈ ਤਾਰਾ ਜੀ ਤੁਹਾਡੀਆਂ ਮੇਰੀਆਂ ਧੋੜਾਂ ਦੇ ਮਾਮਲੇ ਵੱਖਰੇ ਨੇ ਠੀਕ ਹੈ ਤੁਹਾਡੀਆਂ ਮੇਰੀਆਂ ਦੋ ਦੋ ਧੋੜਾਂ ਆਈਦੀਆਂ ਨੇ ਉਹਨਾਂ ਦੇ ਮਾਮਲੇ ਵੱਖਰੇ ਨੇ ਜਿਹੜੀ ਮੇ ਬਲੈਕ ਰੀਨ ਧੋੜਾ ਹੋ ਗਈਆਂ ਨੇ ਜਾਂ ਜਿਹੜੀ ਹੋਣ ਲੱਗੀ ਹੈ ਐਦੇ ਜੀ ਤੁਹਾਡਾ ਕੋਈ ਅਮਲ ਦਾ ਹੱਲ ਨਹੀਂ ਕਿਧਰੇ ਫੇਰ ਨਾ ਸੁੱਕੀ ਦਵਾਈ ਬਣ ਚੜੀ ਹੋ ਅਗਰ ਤੁਸੀਂ ਸਮਝਦਾਰ ਹੋ ਮੈਂ ਕਿੱਥੋਂ ਬੋਲਣਾ ਪਿਆ ਠੀਕ ਹੈ ਤਾਰਾ ਜੀ ਤੁਸੀਂ ਆਪਣੇ ਘਰ ਲਿਆਓ ਕੋਈ ਕੋੜਾ ਕੋਈ ਗੱਲ ਨਹੀਂ ਮੈਂ ਹਾਜ਼ਰ ਆ ਤੇ ਠੀਕ ਹੈ ਛੋਟੇ ਭਾਈ ਜੀ ਇਨਸ਼ਾਅੱਲਾ ਜ ਤੁਹਾਡੇ ਦਿਨ ਤੁਹਾਡੇ ਅੰਬੇਕ ਦੌੜ ਲੱਗ ਜੇਗੀ ਓਕੇ ਜੀ ਰੱਬ ਰੱਖੋ